2015 ਦੇ ਵਿੱਚ ਉਹ ਹੋਇਆ ਸੀ ਅਤੇ 5 ਸਾਲ ਹੋ ਗਏ ਉਹਦੇ ਚਾਰਜਸ ਫਰੇਮ ਨਹੀਂ। ਮੈਂ ਤਾਂ ਇਸ ਕਰਕੇ ਉਹ ਮੈਂ ਕਿਹਾ ਸਰਕਾਰ ਦਾ ਧਿਆਨ ਲਿਆਈਏ ਵੀ ਆਹ ਵੀ ਇਸ਼ੂ ਹੈਗੇ ਆ, ਅਸੀਂ ਪਵਿੱਤਰ ਸਦਨ ਦਾ ਬਹੁਤ ਰੌਲਾ ਪਾਉਂਦੇ ਹਾਂ। ਕੈਪਟਨ ਸਾਹਿਬ ਕਹਿੰਦੇ ਨੇ ਕਿ ਅਗਲੇ ਮਾਨਸੂਨ ਸੈਸ਼ਨ ਦੇ ਵਿੱਚ ਵਾਈਟ ਪੇਪਰ ਲੈ ਕੇ, ਹਾਲਾਂਕਿ ਦੇਖੋ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਜੋ ਠੀਕ ਹੈਗਾ ਉਹਨੂੰ ਠੀਕ ਕਹਿ ਲਈਏ, ਜੋ ਗਲਤ ਹੈਗਾ ਉਹਨੂੰ ਗਲਤ ਕਹਿ ਲਈਏ। ਤੁਹਾਡੇ ਜੋ ਦੋਸਤ ਵੀ ਮੰਨੇ ਜਾਂਦੇ ਆ ਨਵਜੋਤ ਸਿੰਘ ਸਿੱਧੂ ਨੂੰ ਪਾਵਰ ਮਿਨਿਸਟਰ ਬਣਨ ਦਾ ਮੌਕਾ ਮਿਲ ਲਿਆ ਸੀ, ਉਹਨਾਂ ਕੋਲ ਇੱਕ ਚੰਗਾ ਮੌਕਾ ਸੀ, ਉਹ ਰਿਵਿਊ ਕਰ ਸਕਦੇ ਹੋਰ ਸੀਗੇ। ਬੇਸਿਕਲੀ ਉਹਨੇ ਤਾਂ ਇਹ ਗੱਲ ਕਹੀ ਸੀ ਵੀ ਜੇ ਮੇਰੇ ਮਿਨਿਸਟਰੀ ਨਹੀਂ ਠੀਕ ਚੱਲੀ ਸੀ, ਠੀਕ ਹੈ ਨਾ, ਅਤੇ ਮੈਨੂੰ ਦੱਸਦਾ ਦਿਓ ਨਾ ਵੀ ਕਿੱਦਾਂ ਨਹੀਂ ਠੀਕ ਚੱਲੀ, ਠੀਕ ਹੈ ਨਾ। ਉਹਦਾ ਤਾਂ ਇਸ਼ੂ ਇਹ ਸੀਗਾ, ਉਹਦਾ ਸਟੈਂਡ ਉਸ ਗੱਲ 'ਤੇ ਠੀਕ ਸੀਗਾ। ਅੱਜ ਆਖਰੀ ਦਿਨ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਬਹੁਤ ਸਾਰੇ ਅੰਦਰ ਮੁੱਦੇ ਚੁੱਕੇ, ਚਾਹੇ ਉਹ ਨਿੱਜੀ ਥਰਮਲ ਪਲਾਂਟਾਂ ਦਾ ਮੁੱਦਾ ਹੋਵੇ ਜਾਂ ਫਿਰ ਬੇਅਦਬੀਆਂ ਦੇ ਮਸਲਾ ਹੋਵੇ। ਸਾਡੇ ਨਾਲ ਇੱਥੇ ਪ੍ਰਗਟ ਸਿੰਘ ਜੀ ਨੇ। ਪ੍ਰਗਟ ਸਿੰਘ ਜੀ, ਅੰਦਰ ਕਿਹੜੇ ਕਿਹੜੇ ਅੱਜ ਮੁੱਦੇ ਚੁੱਕੇ ਤੁਸੀਂ ਸਰ? ਨਹੀਂ, ਮੈਂ ਤਾਂ ਖੈਰ 0 ਆਵਰ ਦੇ ਵਿੱਚ 2 ਗੱਲਾਂ ਕੀਤੀਆਂ ਵੀ ਇੱਕ ਜਿਹੜੇ ਪਾਵਰ ਪਰਚੇਜ ਐਗਰੀਮੈਂਟ ਆ ਉਹ 'ਚ ਕਸੂਰ ਜਿਹਦਾ ਵੀ ਹੋਵੇ, ਕਿਉਂਕਿ ਐਕਚੁਲੀ ਕੀ ਆ ਕਿ ਪਿਛਲੇ ਸਮੇਂ 'ਚ ਮੈਨੂੰ ਦੇਖਣ ਨੂੰ ਲੱਗਦਾ ਕਿ ਜਦੋਂ ਕਮੇਟੀਆਂ ਬਣ ਜਾਂਦੀਆਂ, ਸਬ ਕਮੇਟੀਆਂ ਬਣ ਜਾਂਦੀਆਂ, ਕਦੇ ਕਹਿੰਦੇ ਜੀ ਅਸੀਂ ਵਾਈਟ ਪੇਪਰ ਲੈ ਕੇ ਆਵਾਂਗੇ, ਅਤੇ ਉਹ ਹੌਲੀ ਹੌਲੀ ਇਹਦਾ ਮਤਲਬ ਇਹ ਹੋਇਆ ਵੀ ਉਹਦਾ ਉਲਝਾਅ ਪਾ ਲੈਂਦੇ ਆ। ਐਕਚੁਲੀ ਦੇਖੋ, ਇਹਦੀ ਤਾਂ ਇੰਨੀ ਐਨਰਜੀ ਨਹੀਂ ਵੇਸਟ ਕਰਨੀ ਚਾਹੀਦੀ ਸਾਨੂੰ। ਉਹਦੀਆਂ ਫਾਈਲਾਂ ਚੱਕ ਕੇ ਜਿਹਨੇ ਜੋ ਕੀਤਾ ਉਹਨੂੰ ਉਹਦੇ ਮੁਤਾਬਕ ਸਜ਼ਾ ਮਿਲਣੀ ਚਾਹੀਦੀ ਆ। ਅਤੇ ਇਹੀ ਮੈਂ ਇੱਕ ਜਿਹੜਾ ਬੇਅਦਬੀਆਂ ਦਾ ਮੁੱਦਾ ਹੈਗਾ ਵੀ 5 ਸਾਲ ਹੋ ਗਏ, 2015 ਦੇ ਵਿੱਚ ਉਹ ਹੋਇਆ ਸੀ ਅਤੇ 5 ਸਾਲ ਹੋ ਗਏ ਅਜੇ ਚਾਰਜਸ ਫਰੇਮ ਨਹੀਂ ਹੋਏ। ਅਸੀਂ ਇੱਕ ਪਾਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਫਿਲੋਸਫੀ ਨੂੰ ਮੰਨਦੇ ਹਾਂ, ਮੱਥਾ ਟੇਕਦੇ ਹਾਂ, ਉਹਦੇ ਪਿੱਛੇ 10 ਗੁਰੂਆਂ ਦੀ ਔਰ ਸਾਰਿਆਂ ਦੀ ਘਾਲਣਾ ਜਿਹੜੀ ਆ ਉਹਦੇ ਤੋਂ ਸਾਨੂੰ ਇੱਕ ਰਾਹ ਮਿਲਿਆ ਅਤੇ ਅਸੀਂ ਅੱਜ 5 ਸਾਲਾਂ ਦੇ ਵਿੱਚ ਚਾਰਜਸ ਫਰੇਮ ਨਹੀਂ ਕਰ ਸਕੇ ਅਤੇ ਇਹ ਸਾਡੀ ਨਲਾਇਕੀ ਨਹੀਂ ਹੈ ਅਤੇ ਹੋਰ ਕੀ ਹੈ। ਮੈਂ ਤਾਂ ਇਸ ਕਰਕੇ ਉਹ ਮੈਂ ਕਿਹਾ ਸਰਕਾਰ ਦਾ ਧਿਆਨ ਲਿਆਈਏ ਵੀ ਆਹ ਵੀ ਇਸ਼ੂ ਹੈਗੇ ਆ, ਅਸੀਂ ਪਵਿੱਤਰ ਸਦਨ ਦਾ ਬਹੁਤ ਰੌਲਾ ਪਾਉਂਦੇ ਹਾਂ, ਲੇਕਿਨ ਜੇ ਅਸੀਂ ਐਕਟ ਨਹੀਂ ਕਰਦੇ ਤਾਂ ਫਿਰ ਅਸੀਂ ਕਿਤੇ ਨਾ ਕਿਤੇ ਗੁਨਾਹਗਾਰ ਹੁੰਦੇ ਹਾਂ। ਇਹ ਮੁੱਦੇ ਜਿਹੜੇ ਹੈਗੇ ਆ ਉਹ ਆਮ ਆਦਮੀ ਪਾਰਟੀ ਵੀ ਚੱਲਦੀ ਚੱਕਦੀ ਆ, ਅਕਾਲੀ ਦਲ ਵੀ ਕਿਤੇ ਨਾ ਕਿਤੇ ਕਹਿੰਦਾ ਕਿ ਬਿਜਲੀ ਦੇ ਮੁੱਦੇ 'ਤੇ ਵਾਈਟ ਪੇਪਰ ਲਿਆਉਣ ਦੀ ਲੋੜ ਹੈਗੀ, ਆਮ ਆਦਮੀ ਪਾਰਟੀ ਲਗਾਤਾਰ ਕਹਿੰਦੀ ਆ। ਅੱਜ ਇੱਕ ਵਾਈਟ ਪੇਪਰ ਆਮ ਆਦਮੀ ਪਾਰਟੀ ਨੇ ਵੀ ਲੈ ਕੇ ਆਉਂਦਾ। ਦੇਖੋ, ਉਹਨਾਂ ਦਾ ਕੋਈ ਮੈਂ ਇਸ ਗੱਲ ਨਾਲ ਨਹੀਂ ਸਹਿਮਤ ਹੈਗਾ। ਦੇਖੋ, ਜੋ ਗੱਲ ਫਾਈਲਾਂ 'ਚੋਂ ਲੱਭਣੀ ਉਹ ਫਾਈਲਾਂ 'ਚੋਂ ਲੱਭਣੀ ਹੈ ਅਤੇ ਜੋ ਉਹਦੇ 'ਤੇ ਐਕਟ ਹੋਣਾ ਚਾਹੀਦਾ ਉਹ ਬੇਸਿਕਲੀ ਲੀਗਲ ਐਂਗਲ 'ਤੇ ਐਕਟ ਹੋਣਾ ਚਾਹੀਦਾ। ਅਸੀਂ ਵਾਈਟ ਪੇਪਰ ਲਿਆਉਣਾ ਕਾਹਦਾ ਆ, ਕਿਉਂਕਿ ਫਾਈਲਾਂ ਹੀ ਆ ਨਾ 8-10, ਉਹਨੂੰ ਵੈਰੀਫਾਈ ਕਰ ਲਓ, ਵੈਰੀਫਾਈ ਉਹਦੇ ਵਿੱਚ ਜੋ ਹੈਗਾ ਉਹਦੇ 'ਤੇ ਆਪਾਂ ਪਹਿਰਾ ਦੇ ਲਈਏ। ਕੈਪਟਨ ਸਾਹਿਬ ਕਹਿੰਦੇ ਨੇ ਕਿ ਅਗਲੇ ਮਾਨਸੂਨ ਸੈਸ਼ਨ ਦੇ ਵਿੱਚ ਵਾਈਟ ਪੇਪਰ ਲੈ ਕੇ, ਹਾਲਾਂਕਿ ਦੇਖੋ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਬੜਾ ਕਲੀਅਰ ਹੈ ਕਿ ਯਾਰ ਜਦੋਂ ਕਿਸੇ ਨੇ ਕੋਈ ਗਲਤੀ ਕੀਤੀ ਆ, ਜਿਹੜਾ ਜਿੱਦੀ ਗਲਤੀ ਕੀਤੀ ਉਹਦਾ ਜ਼ਿੰਮੇਵਾਰੀ ਆ, ਉਹਦੀ ਬਣਦੀ, ਉਹਦੀ ਜ਼ਿੰਮੇਵਾਰੀ ਉਨੀ ਬਣਦੀ ਹੈਗੀ ਆ। ਜੇ ਅਸੀਂ ਵੀ ਕੋਈ 3 ਸਾਲ ਐਕਟ ਨਹੀਂ ਕੀਤਾ ਤਾਂ ਸਾਡੀ ਵੀ ਜ਼ਿੰਮੇਵਾਰੀ ਆ, ਅਤੇ ਜੇ ਉਹਨਾਂ ਨੇ PPA ਕੀਤੇ ਹੈਗੇ ਆ ਤਾਂ ਫਿਰ ਉਹਨਾਂ ਨੇ ਜੋ ਕੀਤਾ ਆ ਆਪਾਂ ਉਹਨੂੰ ਲੈ ਕੇ ਆਈਏ ਲੋਕਾਂ ਦੇ ਸਾਹਮਣੇ। ਐਕਚੁਲੀ ਇਹ ਪਾਵਰ ਪਰਚੇਜ਼ ਐਗਰੀਮੈਂਟ ਤਾਂ ਸੁਖਬੀਰ ਸਿੰਘ ਬਾਦਲ ਨੇ ਕੀਤੇ ਆ, ਲੇਕਿਨ ਉਹੋ ਹੀ CBI ਇਨਕੁਆਇਰੀ ਮੰਗਣ ਲੱਗ ਪਿਆ। ਮੈਂ ਤਾਂ ਹੈਰਾਨਗੀ ਵਾਲੀ ਗੱਲ ਤਾਂ ਮੈਨੂੰ ਇਹ ਲੱਗਦੀ ਆ ਕਿ ਜਦੋਂ ਜਿਸ ਬੰਦੇ ਨੇ ਜਿਹੜੀਆਂ ਗਲਤੀਆਂ ਕੀਤੀਆਂ ਅਤੇ ਅਸੀਂ ਉਹਦੇ 'ਤੇ ਬਹਿ ਜਾਂਦੇ ਹਾਂ ਅਤੇ ਬਹਿ ਕੇ ਉਹਨੂੰ ਗੋਲ ਮੋਲ ਗੱਲ ਕਰਨ ਲੱਗ ਪਏ ਨੇ। ਮੇਰੀ ਤਾਂ ਸਿਰਫ ਇੱਕੋ ਹੀ ਸੀ ਅੱਜ ਵੀ ਆਪਾਂ ਇਹਦੀ ਇੱਕ ਜਾਂ ਤਾਂ ਵਿਧਾਨ ਸਭਾ ਦੀ ਕੋਈ ਕਮੇਟੀ ਬਣਾ ਲਓ ਅਤੇ ਜਾਂ ਇਹਦੀ 3 ਹਫ਼ਤਿਆਂ ਦੇ ਵਿੱਚ ਜੋ ਰਿਪੋਰਟ ਮਿਲਦੀ ਹੈਗੀ ਆ ਉਹਦੇ 'ਤੇ ਐਕਟ ਕਰ ਲਓ ਤਾਂ ਕਿ ਲੋਕਾਂ ਨੂੰ ਪਤਾ ਤਾਂ ਲੱਗੇ, ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਦੀ ਜ਼ਰੂਰਤ ਤਾਂ ਕਰੀਏ। MLA ਸਾਹਿਬ, ਚਾਹੇ ਸਿਆਸੀ ਮਾਹਰਾਂ ਦੀ ਗੱਲ ਕਰੀਏ ਜਾਂ ਫਿਰ ਇਸ ਐਗਰੀਮੈਂਟ ਦੇ ਟੈਕਨੀਕਲ ਮਾਹਰਾਂ ਦੀ ਗੱਲ ਕਰੀਏ, ਅਗਰ ਇਹ ਐਗਰੀਮੈਂਟ ਰੱਦ ਕੀਤੇ ਜਾਂਦੇ ਆ ਤਾਂ 33,000 ਕਰੋੜ ਰੁਪਏ ਦਾ ਜੋ ਇਨਫਰਾਸਟ੍ਰਕਚਰ ਹੈਗਾ ਮੈਂ ਤਾਂ ਬੇਸਿਕਲੀ ਉਹ ਦੇਣਾ, ਮੈਂ ਤਾਂ ਰੱਦ ਕਰਨ ਦੀ ਗੱਲ ਹੀ ਨਹੀਂ ਕਰਦਾ, ਰਿਵਿਊ ਤਾਂ ਕਰ ਸਕਦੇ ਹਾਂ, ਉਹਦਾ ਇੰਟਰਨਲ ਆਡਿਟ ਤਾਂ ਕੀਤਾ ਜਾ ਸਕਦਾ। ਦੇਖੋ, ਕੰਪਨੀਆਂ ਜਿਹੜੀਆਂ ਜੋ ਜਹਾਨ ਦੇ ਖਰਚੇ ਪਾਉਂਦੀਆਂ ਉਹਨੂੰ ਦੇਖ ਤਾਂ ਲਈਏ, ਕਿਉਂਕਿ ਉਹਨੂੰ ਜਿਹੜਾ ਆ ਰੈਗੂਲੇਟਰ ਨਹੀਂ ਮੋਨੀਟਰ ਕਰ ਸਕਦਾ, ਜਿਹੜੀਆਂ ਪ੍ਰਾਈਵੇਟ ਪਲੇਅਰ ਹੈਗੇ ਆ, ਲੇਕਿਨ ਸਰਕਾਰ ਤਾਂ ਮੋਨੀਟਰ ਕਰ ਸਕਦੀ ਆ, ਸਾਨੂੰ ਕੌਣ ਰੋਕਦਾ ਇਹਨਾਂ ਕੰਮਾਂ ਤੋਂ। ਸੋ ਇਸ ਕਰਕੇ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ। ਮੈਂ ਤਾਂ ਕਹਿੰਦਾ ਕਿ ਆਪਾਂ ਦੇਖੋ, ਮੇਰੀ ਆਪਾਂ ਬੇਸਿਕ ਕੀ ਆ ਕਿ ਜੋ ਠੀਕ ਹੈਗਾ ਉਹਨੂੰ ਠੀਕ ਕਹਿ ਲਈਏ, ਜੋ ਗਲਤ ਹੈਗਾ ਉਹਨੂੰ ਗਲਤ ਕਹਿ ਲਈਏ। ਤੁਹਾਡੇ ਜੋ ਦੋਸਤ ਵੀ ਮੰਨੇ ਜਾਂਦੇ ਆ ਨਵਜੋਤ ਸਿੰਘ ਸਿੱਧੂ ਨੂੰ ਪਾਵਰ ਮਿਨਿਸਟਰ ਬਣਨ ਦਾ ਮੌਕਾ ਮਿਲ ਲਿਆ ਸੀ, ਉਹਨਾਂ ਕੋਲ ਇੱਕ ਚੰਗਾ ਮੌਕਾ ਸੀ, ਉਹ ਰਿਵਿਊ ਕਰ ਸਕਦੇ ਹੋਰ ਸੀਗੇ। ਬੇਸਿਕਲੀ ਉਹਨੇ ਤਾਂ ਇਹ ਗੱਲ ਕਹੀ ਸੀ ਵੀ ਜੇ ਮੇਰੇ ਮਿਨਿਸਟਰੀ ਨਹੀਂ ਠੀਕ ਚੱਲੀ ਸੀ, ਠੀਕ ਹੈ ਨਾ, ਅਤੇ ਮੈਨੂੰ ਦੱਸਦਾ ਦਿਓ ਨਾ ਵੀ ਕਿੱਦਾਂ ਨਹੀਂ ਠੀਕ ਚੱਲੀ, ਠੀਕ ਹੈ ਨਾ। ਉਹਦਾ ਤਾਂ ਇਸ਼ੂ ਇਹ ਸੀਗਾ, ਉਹਦਾ ਸਟੈਂਡ ਉਸ ਗੱਲ 'ਤੇ ਠੀਕ ਸੀਗਾ।
ਲੱਗਦਾ ਵੀ ਉਹ ਰਿਵਿਊ ਹੋ ਜਾਂਦਾ, ਅਗਰ ਜੋ ਹੁੰਦੇ ਤਾਂ ਸ਼ਾਇਦ ਰਿਵਿਊ ਹੋ ਸਕਦਾ। ਉਹ ਅਲੱਗ ਗੱਲ ਹੈਗੀ, ਉਹ ਦੂਸਰੀ ਗੱਲ ਹੈਗੀ, ਪਰ ਹੁਣ ਵੀ ਕੀ ਆ, ਹੁਣ ਅਸੀਂ ਕਰ ਲਈਏ, ਹੁਣ ਕੌਣ ਰੋਕਦਾ ਸਾਨੂੰ? ਧੰਨਵਾਦ। ਤਾਂ ਇਹ ਨੇ ਪ੍ਰਗਟ ਸਿੰਘ, ਕਾਂਗਰਸ ਦੇ ਵਿਧਾਇਕ, ਜੋ ਕਿ ਸਿੱਧੇ ਤੌਰ 'ਤੇ ਆਪਣੀ ਹੀ ਸਰਕਾਰ ਨੂੰ ਟਾਰਗੇਟ 'ਤੇ ਲੈ ਰਹੇ ਨੇ, ਅਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਸਮਝੌਤੇ ਰੱਦ ਕਰਨ ਦੀ ਗੱਲ ਨਹੀਂ ਕਰਦਾ, ਲੇਕਿਨ ਸਮਝੌਤੇ ਰਿਵਿਊ ਜ਼ਰੂਰ ਹੋ ਸਕਦੇ ਆ। ਇਸ ਮਸਲੇ 'ਤੇ ਲਗਾਤਾਰ ਆਮ ਆਦਮੀ ਪਾਰਟੀ ਵੀ ਆਵਾਜ਼ ਚੱਕ ਰਹੀ ਆ, ਆਮ ਆਦਮੀ ਪਾਰਟੀ ਨੇ ਵੀ ਐਗਰੀਮੈਂਟ ਰੱਦ ਕਰਨ ਦੀ ਗੱਲ ਕਹੀ ਆ। ਅੱਜ ਵਿਧਾਨ ਸਭਾ ਦੇ ਅੰਦਰ ਉਹ ਵਾਈਟ ਪੇਪਰ ਵੀ ਲੈ ਕੇ ਆਏ ਨੇ, ਅਤੇ ਟੇਬਲ ਕਰਨ ਦੀ ਗੱਲ ਉਹਨਾਂ ਨੇ ਵਿਧਾਨ ਸਭਾ ਦੇ ਅੰਦਰ ਕਹੀ ਸੀ, ਲੇਕਿਨ ਉਹਨਾਂ ਦਾ ਵਾਈਟ ਪੇਪਰ ਟੇਬਲ ਨਹੀਂ ਕੀਤਾ ਗਿਆ। ਹਾਲਾਂਕਿ ਇਸ ਮਸਲੇ 'ਤੇ ਅਕਾਲੀ ਦਲ ਵੀ ਲਗਾਤਾਰ ਕਾਂਗਰਸ ਸਰਕਾਰ ਅਤੇ ਕੈਪਟਨ ਸਰਕਾਰ 'ਤੇ ਤਿੱਖਾ ਰੁੱਖ ਅਪਣਾ ਰਿਹਾ, ਅਤੇ ਕਿਹਾ ਜਾ ਰਿਹਾ ਕਿ ਕੈਪਟਨ ਸਰਕਾਰ ਨੇ ਜੋ ਵਾਅਦਾ ਕੀਤਾ ਸੀ ਸਸਤੀ ਬਿਜਲੀ ਦਾ, ਉਹ ਵਾਅਦਾ ਕੈਪਟਨ ਸਰਕਾਰ ਨਹੀਂ ਪੂਰਾ ਕਰ ਸਕੀ। ਹਾਲਾਂਕਿ ਗੋਲਮੋਲ ਤਰੀਕੇ ਦੇ ਨਾਲ ਅਕਾਲੀ ਦਲ ਲਗਾਤਾਰ ਕਾਂਗਰਸ ਸਰਕਾਰ ਨੂੰ ਘੇਰਦਾ, ਲੇਕਿਨ ਆਮ ਆਦਮੀ ਪਾਰਟੀ ਸਿੱਧੇ ਤੌਰ 'ਤੇ ਕਾਂਗਰਸ ਨੂੰ ਨਿਸ਼ਾਨੇ 'ਤੇ ਲੈ ਰਹੀ ਹੈ ਇਸ ਪੂਰੇ ਬਜਟ ਸੈਸ਼ਨ ਦੇ ਦੌਰਾਨ। ਅਤੇ ਹੁਣ ਦੇਖਣਾ ਹੋਏਗਾ ਕਿ ਆਪਣੇ ਹੀ ਵਿਧਾਇਕ ਦੇ, ਆਪਣੀ ਹੀ ਸਰਕਾਰ ਦੇ ਬੋਲਣ ਤੋਂ ਬਾਅਦ ਕਿ ਸੁੱਤੀ ਹੋਈ ਸਰਕਾਰ ਇਹਨਾਂ ਐਗਰੀਮੈਂਟ ਨੂੰ ਰਿਵਿਊ ਕਰੇਗੀ। ਕੈਮਰਾਮੈਨ ਉਮਰ ਯਾਦਵ ਦੇ ਨਾਲ ਰਵਿੰਦਰ ਸਿੰਘ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ। All World Open Challenge 17 time gold medalist Mian Rafiq Mohammed, Pandit Maulvi Begum Tantrik, inna chora thagga to saavdan, specialist Vashikaran satta number love marriage, pati patni ch anban, videsh ch pakka hona, karobar da na chalna, sirf 31 ghantiyan vich samadhan, free Mian Rafiq Mohammed, mobile 84374 94647 84374 94648।